ਉੱਥੇ ਅਮਲਾਂ ਦੇ ਹੁਣੇ ਨੇ ਨਿਬੇੜੇ ਕਿਸੇ ਨਾ ਤੇਰੀ ਯਾਦ ਪੁੱਛਣੀ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਮੰਤਰ ਦੱਸਾਂਗੇ ਇੱਕ ਅਜਿਹਾ ਕੰਮ ਦੱਸਾਂਗੇ ਜਿਹੜਾ ਸਾਡੇ ਸਾਰੇ ਕੰਮਾਂ ਨੂੰ ਸਾਧ ਦੇਵੇਗਾ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦੁੱਖਾਂ ਤਕਲੀਫਾਂ ਨੂੰ ਹਰ ਲਵੇਗਾ ਇਹ ਵੀਡੀਓ ਪੀਰਾਂ ਨੂੰ ਮੰਨਣ ਵਾਲਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਇਹਨੂੰ ਪੂਰਾ ਜ਼ਰੂਰ ਸੁਣਿਓ ਅਤੇ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਪੀਰਾਂ ਦੀ ਪਿਆਰੀ ਸਾਧ ਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਪੀਰਾਂ ਦੀ ਭਗਤਣੀ ਰਹਿੰਦੀ ਸੀ ਜਿਹਨੇ ਇੱਕ ਆਪਣੀ ਜ਼ਿੰਦਗੀ ਵਿੱਚ ਨਿਯਮ ਬਣਾਇਆ ਹੋਇਆ ਸੀ ਉਹਨੇ ਘਰ ਦੇ ਵਿੱਚ ਪਸ਼ੂ ਡੰਗਰ ਰੱਖੇ ਹੋਏ ਸੀ ਉਹ ਹਰ ਰੋਜ਼ ਤਾਜ਼ਾ ਦੁੱਧ ਚੋ ਕੇ ਪੀਰਾਂ ਦੇ ਦਰਬਾਰ 'ਤੇ ਮੱਥਾ ਟੇਕ ਕੇ ਆਉਂਦੀ ਸੀ ਥੋੜ੍ਹਾ ਜਿਹਾ ਦੁੱਧ ਚੜਾ ਕੇ ਆਉਂਦੀ ਸੀ ਚਾਹੇ ਮੀਂਹ ਆਵੇ ਹਨੇਰੀ ਆਵੇ ਕੋਈ ਕਿਸੇ ਤਰ੍ਹਾਂ ਦਾ ਕੰਮ ਹੋਵੇ ਚਾਹੇ ਉਹਨੂੰ ਰਿਸ਼ਤੇਦਾਰੀ ਵਿੱਚ ਵੀ ਜਾਣਾ ਪਵੇ ਤਾਂ ਉਹ ਸ਼ਾਮ ਨੂੰ ਵਾਪਸ ਆ ਕੇ ਸਵੇਰ ਨੂੰ ਆਪਣਾ ਨਿਯਮ ਪਗਾਉਂਦੀ ਹੁੰਦੀ ਸੀ ਕਦੇ ਵੀ ਉਹ ਆਪਣੇ ਨਿਯਮ ਨੂੰ ਨਹੀਂ ਸੀ ਤੋੜਦੀ ਹਰ ਰੋਜ਼ ਉਹ ਪੀਰਾਂ ਦੇ ਦਰਬਾਰ 'ਤੇ ਦੁੱਧ ਦਾ ਭੋਗ ਲਗਾ ਕੇ ਆਉਂਦੀ ਸੀ ਇਹ ਨਿਯਮ ਉਹਨੇ ਪੱਕਾ ਰੱਖਿਆ ਹੋਇਆ ਸੀ ਜਦੋਂ ਕਿਤੇ ਉਹਦੇ ਪਸ਼ੂ ਡੰਗਰ ਦੁੱਧ ਦੇਣਾ ਛੱਡ ਜਾਂਦੇ ਸੀ ਸੂਣ 'ਤੇ ਆਉਂਦੇ ਸੀ ਤਾਂ ਉਹ ਬਾਜ਼ਾਰੋਂ ਦੁੱਧ ਲਿਆ ਕੇ ਵੀ ਆਪਣੇ ਨਿਯਮ ਨੂੰ ਪਗਾਉਂਦੀ ਹੁੰਦੀ ਸੀ ਕਈ ਲੋਕਾਂ ਨੇ ਉਹਨੂੰ ਕਹਿਣਾ ਕਿ ਤੂੰ ਹਰ ਰੋਜ਼ ਕਿਉਂ ਜਾਂਦੀ ਆ ਐਤਵਾਰ ਜਾਇਆ ਕਰ ਵੀਰਵਾਰ ਜਾਇਆ ਕਰ ਹਰ ਰੋਜ਼ ਦੁੱਧ ਚੜਾਉਣ ਦਾ ਕੀ ਮਤਲਬ ਆ ਪਰ ਉਹਨੇ ਕਦੇ ਕਿਸੇ ਦੀ ਪਰਵਾਹ ਨਹੀਂ ਮੰਨੀ ਆਪਣਾ ਨਿਯਮ ਪਗਾਉਂਦੀ ਹੀ ਰਹੀ ਇਸੇ ਤਰ੍ਹਾਂ ਹੀ ਸਮਾਂ ਗੁਜ਼ਰਦਾ ਰਿਹਾ ਉਹਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਵੀ ਆਈਆਂ ਖੁਸ਼ੀਆਂ ਵੀ ਆਈਆਂ ਪਰ ਉਹ ਉਸੇ ਲਾਈਨ 'ਤੇ ਚੱਲਦੀ ਹੀ ਰਹੀ ਇੱਦਾਂ ਹੀ ਸਮਾਂ ਗੁਜ਼ਰਿਆ ਇੱਕ ਵਾਰੀ ਕਹਿੰਦੇ ਆ ਕਿ ਉਸ ਨਗਰ ਦੇ ਵਿੱਚ ਪਸ਼ੂਆਂ ਦੀ ਬਿਮਾਰੀ ਆ ਗਈ ਘਰ ਘਰ ਦੇ ਵਿੱਚ ਪਸ਼ੂ ਬਿਮਾਰ ਹੋਣ ਲੱਗ ਪਏ ਘਰ ਘਰ ਦੇ ਵਿੱਚ ਡੰਗਰ ਮਰਨ ਲੱਗ ਪਏ ਹਰ ਪਾਸੇ ਹਾਹਾਕਾਰ ਮੱਚ ਗਈ ਪਰ ਦੇਖੋ ਪੀਰਾਂ ਦੀ ਇੰਨੀ ਰਹਿਮਤ ਕਿ ਉਸ ਔਰਤ ਦੇ ਪਸ਼ੂਆਂ ਨੂੰ ਕੁਝ ਨਹੀਂ ਹੋਇਆ ਨਾ ਤਾਂ ਉਹਨੇ ਕੋਈ ਦਵਾਈ ਦਿੱਤੀ ਨਾ ਕੋਈ ਹੋਰ ਉਪਾਅ ਕੀਤੇ ਉਹ ਬਸ ਆਪਣਾ ਨਿਯਮ ਪਗਾਉਂਦੀ ਰਹੀ ਅਤੇ ਪੀਰਾਂ ਦੇ ਨਾਮ ਦੇ ਸੋਲੇ ਗਾਉਂਦੀ ਰਹੀ ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ ਪਰ ਉਹਦੇ ਡੰਗਰਾਂ ਪਸ਼ੂਆਂ ਨੂੰ ਕੁਝ ਨਹੀਂ ਹੋਇਆ ਉਹਦੇ ਘਰੋਂ ਦੁੱਧ ਨਹੀਂ ਗਿਆ ਅਤੇ ਕਹਿੰਦੇ ਆ ਕਿ ਅੱਜ ਵੀ ਉਹ ਪਰਿਵਾਰ ਜੀਵਤ ਆ ਗਾਹਾਂ ਦੀਆਂ ਪੀੜ੍ਹੀਆਂ ਜੀਵਤ ਆ ਅਤੇ ਇਹ ਨਿਯਮ ਚੱਲਦਾ ਆ ਰਿਹਾ ਹੁਣ ਅਸੀਂ ਤੁਹਾਨੂੰ ਉਹ ਮੰਤਰ ਦੱਸਦੇ ਹਾਂ ਜਿਹੜਾ ਸਾਡੇ ਸਾਰੇ ਦੁੱਖ ਤਕਲੀਫਾਂ ਨੂੰ ਹਰ ਲਵੇਗਾ ਮੰਤਰ ਕੋਈ ਨਹੀਂ ਹੁੰਦਾ ਬਸ ਸਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਿਯਮ ਜ਼ਰੂਰ ਬਣਾਓ ਕਿ ਅਸੀਂ ਆਪਣੇ ਪੀਰੋ ਮੁਰਸ਼ਦ ਲਈ ਆਹ ਨਿਯਮ ਬਣਾਇਆ ਕਈ ਲੋਕ ਹਰ ਰੋਜ਼ ਝਾੜੂ ਦੀ ਸੇਵਾ ਕਰਦੇ ਆ ਕਈ ਚਿਰਾਗਾਂ ਦੀ ਸੇਵਾ ਕਰਦੇ ਆ ਕਈ ਹੋਰ ਸੇਵਾਵਾਂ ਕਰਦੇ ਆ ਜਿਨ੍ਹਾਂ ਨੇ ਆਪਣੇ ਨਿਯਮ ਬੰਨੇ ਹੋਏ ਆ ਅਤੇ ਉਹ ਕਿਸੇ ਹਾਲਤ ਵਿੱਚ ਵੀ ਆਪਣੇ ਨਿਯਮਾਂ ਨੂੰ ਤੋੜਦੇ ਨਹੀਂ ਇਹੀ ਇੱਕ ਅਜਿਹਾ ਗੁਰਮੰਤਰ ਆ ਜਿਹੜਾ ਸਾਡੇ ਸਾਰੇ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਨੂੰ ਹਰ ਸਕਦਾ ਕੋਈ ਜ਼ਿੰਦਗੀ ਵਿੱਚ ਇੱਕ ਨਿਯਮ ਬਣਾ ਲਓ ਅਤੇ ਬਸ ਉਸ ਨਿਯਮ ਨੂੰ ਤਨ ਮਨ ਧਨ ਦੇ ਨਾਲ ਨਿਭਾਓ ਉਹਨੂੰ ਟੁੱਟਣ ਨਾ ਦਿਓ ਇਹੀ ਇੱਕੋ ਹੀ ਕੰਮ ਜੇਕਰ ਤੁਸੀਂ ਕਰਦੇ ਰਹੋ ਹੋਰ ਕੋਈ ਸੇਵਾ ਬੰਦਗੀ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਇੱਕ ਨਿਯਮ ਬੰਨ ਲਵੋ ਬਸ ਉਹਨੂੰ ਹੀ ਆਪਣੇ ਤਨਦੇਹੀ ਦੇ ਨਾਲ ਨਿਭਾਓ ਤੁਹਾਨੂੰ ਕਦੇ ਕੋਈ ਦੁੱਖ ਤਕਲੀਫ ਪਰੇਸ਼ਾਨੀ ਆ ਹੀ ਨਹੀਂ ਸਕਦੀ ਪੀਰੋ ਮੁਰਸ਼ਦ ਘਰ ਵਿੱਚ ਨੌ ਨਿਦਾ ਬਾਰਾਂ ਸਿੱਧਾ ਰੱਖਣਗੇ ਕੋਈ ਇੱਕ ਨਿਯਮ ਜਿਹੜਾ ਤੁਸੀਂ ਪਗਾ ਸਕਦੇ ਆ ਉਹ ਕਿਸੇ ਦਾ ਦੱਸਿਆ ਹੋਇਆ ਨਹੀਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਪਤਾ ਕਿ ਅਸੀਂ ਆਹ ਨਿਯਮ ਪਗਾ ਸਕਦੇ ਹਾਂ ਬਸ ਉਹ ਨਿਯਮ ਇੱਕ ਬੰਨ ਲਓ ਉਹਨੂੰ ਕਰਦੇ ਰਹੋ ਅਖੀਰ ਤੱਕ ਜਦ ਤੱਕ ਸਾਹ ਚੱਲਦੇ ਆ ਉਦੋਂ ਤੱਕ ਇਹ ਕੰਮ ਤੁਹਾਨੂੰ ਜਿਉਂਦੇ ਜੀ ਵੀ ਸਹਾਇਤਾ ਕਰੇਗਾ ਅਤੇ ਮਰਨ ਤੋਂ ਬਾਅਦ ਵੀ ਅੱਲਾਹ ਤਾਲਾ ਦੀ ਕਚਹਿਰੀ ਵਿੱਚ ਸਹਾਇਤਾ ਕਰੇਗਾ ਬਹੁਤ ਸਾਰੀ ਦੁਨੀਆ ਇਸੇ ਗੁਰਮੰਤਰ ਦੇ ਸਦਕੇ ਤਰ ਗਈ ਇਸੇ ਗੁਰਮੰਤਰ ਦੇ ਸਦਕੇ 'ਚ ਕਈਆਂ ਦੀ ਜ਼ਿੰਦਗੀ ਬਦਲ ਗਈ ਮਾੜੇ ਦਿਨ ਖਤਮ ਹੋ ਗਏ ਸੋ ਤੁਸੀਂ ਵੀ ਇਹ ਕੰਮ ਜ਼ਰੂਰ ਕਰਕੇ ਦੇਖੋ ਤੁਹਾਨੂੰ ਵੀ ਦਿਨਾਂ ਵਿੱਚ ਹੀ ਇਹਦਾ ਫਲ ਨਜ਼ਰ ਆਵੇਗਾ ਸੋ ਇਸ ਕਹਾ ਗੱਲ 'ਤੇ ਗੌਰ ਜ਼ਰੂਰ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੀਰੋ ਮੁਰਸ਼ਦ ਤੁਹਾਡੀਆਂ ਸਾਰਿਆਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ